ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਜੋ ਵੀਰ ਨੇ ਉਹਨਾਂ ਕੋਲ ਪਹੁੰਚੇ ਹੋਏ ਹਾਂ। ਸੋ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਸਮੁੱਚੀ ਟੀਮ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਆਰੀ ਸ਼ਤਾਬਦੀ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ। ਹੁਣ ਉਹਨਾਂ ਨੇ ਜੋ ਸ਼ਤਾਬਦੀ ਆ ਰਹੀ ਹੈ ਅਗਲੇ ਸਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ, ਉਸ ਵਿੱਚ ਜੋ ਕਾਰਜ ਅਲੰਬੇ ਹਨ ਆਓ ਹੁਣ ਚੱਲਦੇ ਹਾਂ ਉਹਨਾਂ ਦੇ ਮੁੱਖ ਸੇਵਾਦਾਰ ਸਰਦਾਰ ਸੁਹਿੰਦਰ ਸਿੰਘ ਚੌਹਾਨ ਜੀ ਦੇ ਕੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੰਸਾਰ ਭਰ ਵਿੱਚ ਵੱਸਦੇ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਅੱਜ ਆਪਾਂ ਸਾਰੇ ਸਾਡੇ ਸਾਰਿਆਂ ਦੇ ਜਿਹੜੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਾਂ ਸਾਰੇ ਅੱਜ ਪ੍ਰਕਾਸ਼ ਦਿਹਾੜਾ 559 ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ। ਔਰ ਮੈਂ ਸਮਝਦਾ ਕਿ ਹਰ ਇੱਕ ਸਿੱਖ ਵਾਸਤੇ ਅੱਜ ਦਾ ਜਿਹੜਾ ਦਿਨ ਹੈ ਇਹ ਬਹੁਤ ਵੱਡਾ ਦਿਨ ਹੈ। ਔਰ ਜਿੱਥੇ ਅੱਜ ਦੇ ਦਿਨ ਨੂੰ ਅਸੀਂ ਮਨਾ ਰਹੇ ਹਾਂ ਉੱਥੇ ਨਾਲ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਆਉਣ ਵਾਲਾ ਜਿਹੜਾ ਸਾਲ ਹੈ 550ਵਾਂ ਸ਼ਤਾਬਦੀ ਵਰ੍ਹਾ ਹੈ ਪ੍ਰਕਾਸ਼ ਦਿਹਾੜੇ ਦਾ, ਉਹਨੂੰ ਵੇਖਣ ਦਾ ਉਹਨੂੰ ਮਨਾਉਣ ਦਾ ਚਾਅ ਵੀ ਸਾਡੇ ਸਾਰਿਆਂ ਦੇ ਅੰਦਰ ਹੈ। ਆਪਾਂ ਸਾਰਿਆਂ ਰਲ ਮਿਲ ਇਹੋ ਅਰਦਾਸ ਅਜੋਈ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ ਅੱਜ ਕਰਨੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਅਸੀਂ ਸਮਝਦੇ ਹਾਂ ਕਿ ਬੜੇ ਭਾਗਾਂ ਵਾਲੇ ਹਾਂ ਅਸੀਂ ਜਿਹੜੇ ਅਸੀਂ ਇਸ 550ਵੇਂ ਵਰ੍ਹੇ ਨੂੰ, ਸ਼ਤਾਬਦੀ ਵਰ੍ਹੇ ਨੂੰ ਸਾਨੂੰ ਵੇਖਣ ਦਾ ਇਹ ਮੌਕਾ ਮਿਲੇਗਾ। ਅਸੀਂ ਰਲ ਮਿਲ ਕੇ ਪਰਿਵਾਰਾਂ ਸਮੇਤ ਇਸ ਸ਼ਤਾਬਦੀ ਵਰ੍ਹੇ ਦੇ ਵਿੱਚ ਸੇਵਾਵਾਂ ਨੂੰ ਨਿਭਾ ਸਕਾਂਗੇ। ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਵਾਸਤੇ ਵੱਡੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉੱਥੇ ਮੈਂ ਸਮਝਦਾ ਸੰਸਾਰ ਭਰ ਵਿੱਚ ਵੱਸਦੇ ਸਾਰੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਾਰੀਆਂ ਧਾਰਮਿਕ ਸੁਸਾਇਟੀਆਂ, ਸਾਰੀਆਂ ਸੰਗਤਾਂ ਵੱਲੋਂ ਆਪੋ ਆਪਣੇ ਤੌਰ ਦੇ ਉੱਤੇ, ਸਾਰੀਆਂ ਸਰਕਾਰਾਂ ਵੱਲੋਂ ਆਪੋ ਆਪਣੇ ਤੌਰ ਦੇ ਉੱਤੇ, ਚਾਹੇ ਉਹ ਭਾਰਤ ਸਰਕਾਰ ਹੈ ਚਾਹੇ ਉਹ ਪੰਜਾਬ ਸਰਕਾਰ ਹੈ, ਸਾਰੀਆਂ ਸਰਕਾਰਾਂ ਵੱਲੋਂ ਵੀ ਆਪੋ ਆਪਣੇ ਤੌਰ ਦੇ ਉੱਤੇ ਇਹ ਉਪਰਾਲੇ ਕੀਤੇ ਜਾ ਰਹੇ ਨੇ। ਸੋ ਸਾਡੀ ਜੋ ਇਹ ਸੰਸਥਾ, ਗੁਰੂ ਨਾਨਕ ਪਾਤਸ਼ਾਹ ਨੇ ਆਪ ਹੀ ਕਿਰਪਾ ਕਰਕੇ ਸਾਡੀ ਇਸ ਟੀਮ ਨੂੰ, ਸਾਡੇ ਇਸ ਪਰਿਵਾਰ ਨੂੰ ਗੁਰੂ ਨਾਨਕ ਸੇਵਾ ਮਿਸ਼ਨ ਦੇ ਵਿੱਚ ਪਰੋ ਕੇ ਸਾਨੂੰ ਇਹ ਸੰਸਥਾ ਬਖਸ਼ੀ ਹੈ। ਸੋ ਪਿਛਲੇ ਸਮੇਂ ਤੋਂ ਜੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸੇਵਾਵਾਂ ਉਹ ਆਪ ਹੀ ਲੈਂਦੇ ਆ ਰਹੇ ਸਨ। ਸੋ ਆਉਣ ਵਾਲੇ 550ਵੇਂ ਵਰ੍ਹੇ ਵਾਸਤੇ ਜੋ ਵੱਡੀਆਂ ਸੇਵਾਵਾਂ ਗੁਰੂ ਸਾਹਿਬ ਝੋਲੀ 'ਚ ਪਾਉਣਗੇ, ਇਹੋ ਤਰਲਾ, ਇਹੋ ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਰਦੇ ਹਾਂ ਕਿ ਸਾਡੀ ਇਸ ਟੀਮ ਕੋਲੋਂ, ਸਾਡੇ ਇਸ ਪਰਿਵਾਰ ਕੋਲੋਂ, ਗੁਰੂ ਨਾਨਕ ਸੇਵਾ ਮਿਸ਼ਨ ਦੇ ਸਮੁੱਚੀਆਂ ਸੰਗਤਾਂ ਪਾਸੋਂ ਆਪ ਜੀ ਵੱਡੀਆਂ ਸੇਵਾਵਾਂ ਲਓ, ਜਿਹਦੇ ਵਿੱਚ ਜਿੱਥੇ 550 ਸਾਲਾਂ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਜੋ ਘਰੋ ਘਰੀ ਪਰਿਵਾਰਾਂ ਦੇ ਵਿੱਚ ਆਰੰਭ ਕਰਵਾਏ ਗਏ ਸਨ, ਉਹ ਉਹਨਾਂ ਦੀ ਸੰਪੂਰਨਤਾ ਵੀ ਆਪਾਂ ਸਾਰਿਆਂ ਨੇ ਇਸ ਸਾਲ ਦੇ ਵਿੱਚ ਹੀ ਰਲ ਮਿਲ ਕੇ ਸਾਰਿਆਂ ਨੇ ਕਰਨੀ ਹੈ। ਜਿਹੜਾ ਸਾਡਾ ਆਉਣ ਵਾਲੇ ਸਮੇਂ ਵਾਸਤੇ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਕੁਛ ਜੋ ਪ੍ਰੋਗਰਾਮ ਉਲੀਕੇ ਗਏ ਨੇ, ਜਿਹਦੇ ਵਿੱਚ 550 ਸਾਲ ਨੂੰ ਨਾਲ ਰੱਖਦੇ ਹੋਏ 550 ਸਾਲ ਸ੍ਰੀ ਸਹਿਜ ਪਾਠ ਦੇ ਨਾਲ 550 ਸਾਲ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੇ ਸਿਧਾਂਤ ਦੇ ਨਾਲ, 550 ਸਾਲ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ, 550 ਸਾਲ ਸਿੱਖਿਆ ਅਤੇ ਖੇਡਾਂ ਦੇ ਨਾਲ, 550 ਸਾਲ ਨਸ਼ਿਆਂ ਦਾ ਵੱਡੀਏ ਜੰਜਾਲ, ਔਰ 550 ਸਾਲ ਜਿਹੜਾ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਅਸੀਂ ਕਰਦੇ ਹੋਏ ਇਹ ਜਿਹੜੇ 6 ਮਹਾਰਾਜ ਨੇ ਨਾਅਰੇ ਬਖਸ਼ੇ ਨੇ ਇਹਨਾਂ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ। ਜਿਹੜਾ 550 ਸਾਲ ਸ੍ਰੀ ਸਹਿਜ ਪਾਠ ਦੇ ਨਾਲ ਹੈ ਉਹ ਘਰੋ ਘਰੀ 550 ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਸਹਿਜ ਪਾਠ ਚੱਲ ਰਹੇ ਨੇ। ਜਿਹੜਾ 550 ਸਾਲ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿਧਾਂਤ ਦੇ ਨਾਲ ਹੈ, ਉਹਨਾਂ ਦੇ ਵਿੱਚ ਜਿੱਥੇ ਕੁਛ ਗੁਰਸਿੱਖ ਬੱਚਿਆਂ ਨੂੰ ਕਾਰੋਬਾਰ ਸ਼ੁਰੂ ਕਰਵਾ ਕੇ ਦਿੱਤੇ ਜਾ ਰਹੇ ਨੇ, ਕੰਮ ਸ਼ੁਰੂ ਕਰਵਾ ਕੇ ਦਿੱਤੇ ਜਾ ਰਹੇ ਨੇ, ਜਿੱਥੇ ਆਪ ਸੰਗਤਾਂ ਨੂੰ ਬੇਨਤੀ ਵੀ ਹੈ ਕਿ ਉਹਨਾਂ ਬੱਚਿਆਂ ਨੂੰ ਜਿਸ ਜਿਸ ਖੇਤਰ ਦੇ ਵਿੱਚ ਅਸੀਂ ਕੰਮ ਕਰਵਾ ਕੇ ਦੇ ਰਹੇ ਹਾਂ ਆਪ ਜੀ ਨੂੰ, ਉਹਨਾਂ ਨੂੰ ਸਪੋਰਟ ਕਰਕੇ ਉਹਨਾਂ ਦੇ ਪਿੱਠ 'ਤੇ ਹੱਥ ਰੱਖ ਕੇ ਉਹਨਾਂ ਨੂੰ ਉਹਨਾਂ ਕਾਰੋਬਾਰਾਂ ਦੇ ਵਿੱਚ ਅੱਗੇ ਤਰੱਕੀਆਂ ਵੀ ਬਖਸ਼ਣੀਆਂ ਨੇ। ਨਾਮ ਜਪੋ ਦੇ ਵਿੱਚ ਜਿੱਥੇ ਕੀਰਤਨ ਦੀਆਂ ਲੜੀਆਂ ਅਲੱਗ ਅਲੱਗ ਸਥਾਨਾਂ 'ਤੇ ਸ਼ੁਰੂ ਕਰਵਾਈਆਂ ਜਾ ਰਹੀਆਂ ਨੇ, ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਦੇ ਵਿੱਚ ਪਿਛਲੇ 1 ਸਾਲ ਤੋਂ ਲਗਾਤਾਰ ਐਤਵਾਰ ਸ਼ਾਮ ਦੀ ਲੜੀ ਜਿਹੜੀ ਹੈ ਉਹ ਦਰਬਾਰ ਸਾਹਿਬ ਤੋਂ ਹਜ਼ੂਰੀ ਜੱਥਿਆਂ ਦੇ ਨਾਲ ਚੱਲ ਰਹੀ ਹੈ।
ਮੁਰਾਦਪੁਰਾ ਗੁਰਦੁਆਰੇ ਵਿੱਚ ਮਹੀਨਾਵਾਰ ਜਿਹੜੇ ਸਮਾਗਮ ਨੇ ਔਰ ਹੁਣ ਇੱਕ ਸ਼ਨੀਵਾਰ ਸ਼ਾਮ ਦੀ ਜਿਹੜੀ ਸ਼ਹਿਰ ਦੇ ਅਲੱਗ ਅਲੱਗ ਸਥਾਨਾਂ ਦੇ ਉੱਤੇ ਅਸੀਂ ਜਿਹੜੀ ਇਹ ਲੜੀ ਹੈ ਕੀਰਤਨ ਲੜੀ ਹਰ ਹਫ਼ਤਾਵਾਰੀ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਹਦੇ ਨਾਲ ਜਿਹੜੀ ਵੰਡ ਛਕੋ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਵੰਡ ਛਕਣ ਵਾਸਤੇ ਬੇਨਤੀ ਕੀਤੀ ਹੈ ਉਹ ਵੰਡ ਛਕਣ ਦੇ ਵਿੱਚ ਅਸੀਂ ਇਹੀ ਬੇਨਤੀ ਕਰਾਂਗੇ ਵੀ ਆਪਾਂ ਵੀ ਸਾਰੇ ਜਣੇ ਰਲ ਕੇ ਜਿਹੜੇ ਆਪੋ ਆਪਣੇ ਗੁਣ ਨੇ ਸਾਡੇ ਮਹਾਰਾਜ ਨੇ ਬਖਸ਼ੇ ਨੇ ਹਰ ਇਨਸਾਨ ਨੂੰ ਉਹਨਾਂ ਗੁਣਾਂ ਨੂੰ ਵੰਡੀਏ ਆਪਣੇ ਵਰਗੇ ਹੋਰ ਜਿਹੜੇ ਸਾਥੀ ਨੇ ਉਹਨਾਂ ਨੂੰ ਪੈਦਾ ਕਰ ਸਕੀਏ। ਔਰ ਮੈਂ ਸਮਝਦਾ ਕਿ ਅੱਜ ਲੋੜ ਹੈ ਗੁਰੂ ਨਾਨਕ ਸਾਹਿਬ ਦੀ ਸਿੱਖਿਆ 'ਤੇ ਅਮਲ ਕਰਨ ਦੀ। ਅਸੀਂ ਮੰਨਦੇ ਹਾਂ ਗੁਰੂ ਨਾਨਕ ਨੂੰ ਪਰ ਮੰਨਦੇ ਨਹੀਂ ਗੁਰੂ ਨਾਨਕ ਦੀ। ਜੋ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੀ ਸੀ, ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਅੱਜ ਅਸੀਂ ਉਹ ਉਸ ਰਸਤੇ ਨੂੰ ਮੈਂ ਸਮਝਦਾ ਵਿਸਾਰ ਦਿੱਤਾ। ਪਰ ਜਿੰਨੀ ਜਲਦੀ ਹੋ ਸਕੇ ਅੱਜ ਦੇ ਦਿਨ ਆਪਾਂ ਇਸ ਸਿੱਖਿਆ ਨੂੰ ਪ੍ਰਣ ਕਰੀਏ ਕਿ ਆਪਾਂ ਗੁਰੂ ਨਾਨਕ ਸਾਹਿਬ ਦੱਸੇ ਰਸਤੇ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਹੈ, ਉਹਦੇ ਵਿੱਚ ਇੱਕ ਨਾਰਾ ਲਿਆਂਦਾ, ਹਰ ਮਨੁੱਖ ਪਾਲੇ ਇੱਕ ਰੁੱਖ। ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਮਿਟਮੈਂਟ ਫਾਰਮ ਬਣਾਇਆ ਕਿ ਹਰ ਪਰਿਵਾਰ ਇੱਕ ਬੂਟੇ ਨੂੰ ਇੱਕ ਰੁੱਖ ਬਣਾਉਣ ਤੱਕ ਦਾ ਯਤਨ ਕਰੇ ਤਾਂ ਕਿ ਇਸ ਕੁਦਰਤ ਨੂੰ, ਕਿਉਂਕਿ ਗੁਰੂ ਨਾਨਕ ਸਾਹਿਬ ਕੁਦਰਤ ਨੂੰ ਬਹੁਤ ਪਿਆਰ ਕਰਦੇ ਸਨ, ਬਲਿਹਾਰੀ ਕੁਦਰਤ ਵਸਿਆ ਮਹਾਂਵਾਕ ਦੇ ਅਨੁਸਾਰ ਜਿੰਨਾ ਹੋ ਸਕੇ ਆਪਾਂ ਇਸ ਧਰਤੀ ਨੂੰ ਉਹ ਹਰਿਆ ਭਰਿਆ ਬਣਾ ਸਕੀਏ। ਉਹਦੇ ਲਈ ਇੱਕ ਦਰਖਤ ਜਿਹੜਾ ਹੈ, ਇੱਕ ਬੂਟੇ ਨੂੰ, ਛੋਟੇ ਬੂਟੇ ਨੂੰ ਲੈ ਕੇ ਉਹਦੀ ਪਾਲਣਾ ਪੋਸਣਾ ਕਰਦੇ ਹੋਏ ਅਸੀਂ ਇੱਕ ਦਰਖਤ ਤੱਕ ਪਹੁੰਚ ਸਕੀਏ। ਜਿਹੜਾ 550 ਸਾਲ ਨਸ਼ਿਆਂ ਦਾ ਵੱਡੀ ਜੰਜਾਲ, ਉਹਦੇ 'ਤੇ ਆਪਾਂ, ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਦਲਦਲ 'ਚੋਂ ਨਿਕਲ ਕੇ ਜਿੱਥੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ, ਉੱਥੇ ਆਪਾਂ ਆਪਣੇ ਆਲੇ ਦੁਆਲੇ ਵੇਖੀਏ ਕਿ ਜਿਹੜਾ ਇਨਸਾਨ ਇਸ ਨਸ਼ੇ 'ਚ ਫਸਿਆ ਹੈ, ਕੋਸ਼ਿਸ਼ ਕਰੀਏ ਵੀ ਉਹਨੂੰ ਕਿਸੇ ਵੀ ਤਰੀਕੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਕਿਸੇ ਵੀ ਤਰੀਕੇ ਉਹਨੂੰ ਆਪਾਂ ਲਿਆ ਕੇ ਕੱਢ ਕੇ ਇਸ ਆਪਣੇ ਇੱਕ ਵਧੀਆ ਸਮਾਜ ਦਾ ਹਿੱਸਾ ਬਣਨ ਦਾ ਉਹਦੇ ਨਾਲ ਆਪਾਂ ਬੀੜਾ ਚੁੱਕੀਏ। ਔਰ ਸਿੱਖਿਆ ਅਤੇ ਖੇਡਾਂ ਦੇ ਨਾਲ ਜਿਹੜਾ 550 ਸਾਲ ਹੈ, ਮੈਂ ਉਹਨਾਂ ਬੱਚਿਆਂ ਨੂੰ, ਨੌਜਵਾਨ ਬੱਚੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਪੋ ਆਪਣੇ ਖੇਤਰ ਦੇ ਵਿੱਚ, ਚਾਹੇ ਅਸੀਂ ਪੜ੍ਹਾਈ ਕਰ ਰਹੇ ਹਾਂ, ਚਾਹੇ ਅਸੀਂ ਖੇਡਾਂ ਵਾਲੇ ਪਾਸੇ ਹਾਂ, ਇੱਕ ਇਸ ਸਾਲ ਨੂੰ ਮੁੱਖ ਰੱਖਦੇ ਹੋਏ ਇੱਕ ਵਧੀਆ ਰਿਜ਼ਲਟ ਦਈਏ। 550 ਸਾਲ ਨੂੰ ਮੁੱਖ ਰੱਖਦੇ ਹੋਏ ਸਾਡੇ ਪੜ੍ਹਾਈ ਹੈ, ਸਾਡਾ ਖੇਤਰ ਹੈ ਜਿਹੜਾ ਵੀ, ਉਹਦੇ ਵਿੱਚ ਅਸੀਂ ਇੱਕ ਵਧੀਆ ਰਿਜ਼ਲਟ ਦੇ ਕੇ ਅੱਗੇ ਨੂੰ ਵੱਧ ਸਕੀਏ। ਔਰ ਇਹਨਾਂ ਗੱਲਾਂ ਦੇ ਨਾਲ ਅਸੀਂ ਗੁਰੂ ਨਾਨਕ ਸੇਵਾ ਮਿਸ਼ਨ ਦੀ ਸਮੁੱਚੀ ਟੀਮ ਵੱਲੋਂ, ਮੈਂ ਆਪਣੇ ਸਾਰੇ ਸਾਥੀਆਂ ਵੱਲੋਂ, ਸਰ ਸੁਰਿੰਦਰਪਾਲ ਸਿੰਘ ਜੀ ਪਟਿਆਣੀ, ਸਰ ਮਹਿੰਦਰਪਾਲ ਸਿੰਘ ਜੀ, ਸਰ ਸੁਖਵਿੰਦਰ ਸਿੰਘ ਜੀ ਕਰਨ ਜੀ, ਸਰ ਅਵਤਾਰ ਸਿੰਘ ਬਿੱਟਾ ਜੀ, ਸਰ ਮਹਿੰਦਰ ਸਿੰਘ ਜੀ ਕੰਡਾ ਜੀ, ਔਰ ਸਮੁੱਚੇ ਆਪਣੇ ਸਾਥੀਆਂ ਵੱਲੋਂ ਇਹੀ ਬੇਨਤੀ ਕਰਾਂਗਾ ਕਿ ਆਓ ਅੱਜ ਇੱਕ ਕਦਮ ਆਪਾਂ ਅੱਗੇ ਵਧਾਈਏ। ਜਿਹੜੇ ਮੇਰੇ ਵੀਰ ਸਾਬਤ ਸੂਰਤ ਨੇ, ਕਿਉਂਕਿ ਇੱਕ ਇਹਦੇ 'ਚ ਨਾਰਾ 550 ਸਾਲ ਸਾਬਤ ਸੂਰਤ ਸਿੱਖੀ ਸਰੂਪ ਦੇ ਨਾਲ ਵੀ ਅਸੀਂ ਰੱਖਿਆ, ਜਿਹੜੇ ਸਾਬਤ ਸੂਰਤ ਨੇ ਉਹ ਇੱਕ ਕਦਮ ਅੱਗੇ ਵੱਧਦੇ ਹੋਏ ਅੱਜ ਪ੍ਰਣ ਕਰਨ ਕਿ ਮੈਂ ਗੁਰੂ ਵਾਲਾ ਬਣਨਾ, ਗੁਰੂ ਸਾਹਿਬ ਆਪਣੀ ਕਿਰਪਾ ਕਰਨ, ਸਾਨੂੰ ਜੋ ਹੈ ਖੰਡੇ ਬਾਟੇ ਦੀ ਪਹੁਲ ਬਖਸ਼ਿਸ਼ ਕਰਨ ਔਰ ਗੁਰੂ ਵਾਲੇ ਬਣ ਕੇ ਆਪਾਂ ਅੱਗੇ ਵੱਧ ਸਕੀਏ। ਔਰ ਜਿਹੜੇ ਮੇਰੇ ਵੀਰ ਪਤਿਤ ਨੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਇੱਕ ਕਦਮ ਅੱਗੇ ਵੱਧਦੇ ਹੋਏ ਘੱਟੋ ਘੱਟ ਸਾਬਤ ਸੂਰਤ ਬਣਨ ਦਾ ਯਤਨ ਕਰੀਏ ਤਾਂ ਕਿ ਸਮਾਜ ਦੇ ਵਿੱਚ ਇੱਕ ਵਧੀਆ ਰੋਲ ਅਦਾ ਕਰ ਸਕੀਏ। ਸੋ ਗੱਲਾਂ ਬਹੁਤ ਨੇ, ਪਰ ਅੱਜ ਜਿਹੜਾ ਮਨ ਦੇ ਵਿੱਚ ਚਾਹ ਹੈ ਕਿ ਅੱਜ ਤੋਂ ਆਪਾਂ ਅਗਲੇ ਗੁਰਪੁਰਬ ਤੱਕ ਇੱਕ ਕੋਸ਼ਿਸ਼ ਕਰੀਏ ਕਿ ਇੱਕ ਸਾਲ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਦੱਸੇ ਹੋਏ ਰਸਤਿਆਂ 'ਤੇ ਚੱਲਦੇ ਹਾਂ, ਜਿੱਥੇ ਆਪਾਂ ਆਪ ਆਪਣਾ ਆਪ ਸਵਾਰਨਾ ਹੈ ਉੱਥੇ ਆਪਣੇ ਪਰਿਵਾਰ ਨੂੰ ਸੰਗਤ ਦੇ ਵਿੱਚ ਲੈ ਕੇ ਚੱਲੀਏ, ਆਪਣੇ ਸਟਾਫ ਨੂੰ, ਆਪਣੀ ਲੇਬਰ ਨੂੰ ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ, ਗੁਰੂ ਨਾਨਕ ਸਾਹਿਬ ਦੀਆਂ ਕਹਾਣੀਆਂ, ਉਹਨਾਂ ਬਾਰੇ ਗੱਲਾਂ ਕਰੀਏ, ਉਹਨਾਂ ਦੇ ਦੱਸੇ ਰਸਤੇ 'ਤੇ ਚੱਲਣ ਦਾ ਯਤਨ ਕਰੀਏ ਤਾਂ ਕਿ ਜਿਸ ਤਰ੍ਹਾਂ ਦਾ ਸਮਾਜ ਗੁਰੂ ਨਾਨਕ ਸਾਹਿਬ ਚਾਹੁੰਦੇ ਸਨ, ਜਿਸ ਤਰ੍ਹਾਂ ਦਾ ਉਹਨਾਂ ਨੇ ਵੇਖਿਆ ਸੀ, ਜਿਸ ਤਰ੍ਹਾਂ ਦਾ ਉਹਨਾਂ ਨੇ ਚਾਹਿਆ ਸੀ, ਆਪਾਂ ਯਤਨ ਕਰੀਏ ਕਿ ਉਸ ਪਾਸੇ ਨੂੰ ਚੱਲ ਸਕੀਏ। ਔਰ ਇਸੇ ਚਾਅ ਦੇ ਨਾਲ, ਇਸੇ ਆਸ ਅਤੇ ਉਮੀਦ ਦੇ ਨਾਲ ਕਿ ਸਾਰਾ ਸਮਾਜ ਜਿਹੜਾ ਹੈ ਉਹ ਇੱਕ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਇੱਕ ਸਮਾਜ ਨੂੰ, ਇੱਕ ਸੰਸਾਰ ਨੂੰ ਇੱਕ ਆਪਾਂ ਇਹ ਮੈਸੇਜ ਦੇਈਏ ਪੰਜਾਬ ਦੀ ਧਰਤੀ ਤੋਂ ਕਿ ਅੱਜ ਵੀ ਜਿਹੜਾ ਪੰਜਾਬੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਦੱਸੇ ਰਸਤੇ ਦੇ ਉੱਤੇ ਚੱਲ ਰਿਹਾ ਹੈ ਔਰ ਚੱਲਣ ਦਾ ਯਤਨ ਕਰ ਰਿਹਾ ਹੈ। ਸੋ ਆਪਾਂ ਇੱਕ ਵਾਰ ਫਿਰ ਤੋਂ, ਮੈਂ ਸਮੂਹ ਸੰਸਾਰ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅੱਜ ਦੇ ਇਸ ਪ੍ਰਕਾਸ਼ ਦਿਹਾੜੇ 'ਤੇ ਜਿੱਥੇ ਲੱਖ ਲੱਖ ਵਧਾਈਆਂ ਦਿੰਦਾ ਹਾਂ, ਉੱਥੇ ਇਸ ਆਸ ਦੇ ਉਮੀਦ ਦੇ ਨਾਲ ਕਿ ਆਪਾਂ ਸਾਰੇ ਰਲ ਕੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਨਾਲ ਰਲ ਕੇ ਇੱਕ ਟੀਮ ਬਣ ਕੇ ਆਪਾਂ ਇਹ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਇਹਨਾਂ ਨੂੰ ਨਿਭਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਸ ਵੱਡੇ, ਉਸ ਗੁਰੂ ਦਾ ਦੇ ਪੁੱਤਰ ਹੋਣ ਦਾ ਮਾਣ ਮਹਿਸੂਸ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।